जलंधर लोकसभा जिमनी चोन तो पहला हर पार्टी अपना कुनबा मजबूत कर रही है। केंद्रीय मंत्री हरदीप पुरी जलंधर पहुंचे ते गैर बीजेपी लीडरां नूं बीजेपी विच शामिल करवाया। इस दौरान उन्हां ते निशाने ते मान सरकार रही है। हरदीप पुरी ने पंजाब दी मौजूदा स्थिति ते चिंता जाहर की। हरदीप पुरी दे मुताबिक जलंधर जिमनी चोन बीजेपी लई टर्निंग पॉइंट साबित होएगा ते उन्होंने कांग्रेस समेत तमाम विरोधी पार्टियां ते निशाने साधे। ਇਹ ਜਿਹੜੀ ਸਾਡੀ ਜਲੰਧਰ ਦੀ ਬਾਈ ਇਲੈਕਸ਼ਨ ਹੈਗੀ ਇਹ ਵੀ ਬੜੀ ਇੱਕ ਸਪੈਸ਼ਲ ਟਾਈਪ ਹੈ। ਇਹਦੇ 'ਚ ਵੀ ਕਹਿੰਦਾ ਜੋ ਵੀ ਇਲੈਕਟ ਹੋਏਗਾ 10 ਮਹੀਨਿਆਂ ਵਾਸਤੇ ਹੋਏਗਾ, ਬਟ ਸਾਡੇ ਵਾਸਤੇ ਭਾਰਤੀ ਜਨਤਾ ਪਾਰਟੀ ਵਾਸਤੇ ਇੱਕ ਟਰਨਿੰਗ ਪੁਆਇੰਟ ਹੈ। ਕਿਉਂ? ਕਿਉਂਕਿ ਜਿਹੜੇ ਸਾਡੀ ਜਿਸ ਗਠਬੰਧਨ 'ਚ ਅਸੀਂ ਸ਼ਾਮਿਲ ਸੀਗੇ ਐਜ ਜੂਨੀਅਰ ਪਾਰਟਨਰਸ, 117 ਸੀਟਾਂ ਹੈਗੀਆਂ ਅਸੈਂਬਲੀ, ਅਸੀਂ 23 ਲੜਦੇ ਸੀਗੇ। ਜਲੰਧਰ 'ਚ ਸਾਡੀ ਕੋਈ ਪ੍ਰੈਜੈਂਸ ਹੀ ਨਹੀਂ ਹੈ, ਪਰ ਇਸ ਬਾਈ ਇਲੈਕਸ਼ਨ ਦੇ ਕਾਰਨ ਅਸੀਂ ਬੂਥ ਲੈਵਲ 'ਤੇ ਜਾ ਕੇ ਪਾਰਟੀ ਨੂੰ ਸਿਰਫ ਖੜ੍ਹਾ ਨਹੀਂ ਕਰ ਰਿਹਾ। ਮੈਂ ਅੱਜ ਕਹਿ ਰਿਹਾ 4 ਤਰੀਕ ਹੈ, ਅਜੇ ਚੁਣਾਵ 6 ਦਿਨ ਬਾਕੀ ਨੇ। ਤੁਸੀਂ ਦੇਖੋਗੇ ਜਿਹੜੇ ਨਤੀਜੇ ਆਉਣਗੇ, ਇਹ ਟਰਨਿੰਗ ਪੁਆਇੰਟ ਹੋਏਗਾ ਸਿਰਫ ਜਲੰਧਰ ਵਾਸਤੇ ਨਹੀਂ, ਬਟ 2024 ਅਤੇ 2027 ਦੇ ਆਉਣ ਵਾਲੇ ਚੁਣਾਵ ਵਾਸਤੇ ਵੀ। ਦੇਸ਼ 'ਚ ਤਰੱਕੀ ਹੋ ਰਹੀ ਹੈ, ਬੜਾ ਤੇਜ਼ੀ ਨਾਲ ਵਿਕਾਸ ਹੋ ਰਿਹਾ, ਪਰ ਪੰਜਾਬ ਦਾ ਜਿਹੜਾ ਡੱਬਾ ਹੈਗਾ ਉਹ ਥੋੜ੍ਹਾ ਡੀਰੇਲ ਹੋ ਕੇ, ਉੱਥੇ ਲਾਅ ਐਂਡ ਆਰਡਰ ਦੀ ਸਾਡੀ ਪ੍ਰੋਬਲਮ ਹੈਗੀ, ਫਾਈਨੈਂਸ਼ੀਅਲ ਮੈਨੇਜਮੈਂਟ ਦੀ ਪ੍ਰੋਬਲਮ ਹੈਗੀ, ਨਸ਼ੇ ਦੀ ਪ੍ਰੋਬਲਮ ਹੈਗੀ। 13 ਮਹੀਨੇ ਪਹਿਲੇ ਜਿਹੜਾ ਚੁਣਾਵ ਸੀਗਾ, ਮੈਂ ਸਮਝਦਾ ਇੱਕ ਬੜਾ ਸਪੈਸ਼ਲ ਕਾਇੰਡ ਆਫ ਚੁਣਾਵ ਸੀਗਾ। ਜਿਹੜੇ ਸਾਡੇ ਇੱਥੇ ਵੋਟਰ ਹੈਗੇ ਪੰਜਾਬ ਦੇ, ਉਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਜ਼, ਉਹਦੇ ਜਿੱਤਿਆ ਕੋਈ 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 ਰਾਜਨੀਤਿਕ ਦਲ ਨਹੀਂ ਸੀ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।